500 रुपया ले आइए रीडर ने शाहकोट दी तहसील दे विच इक वसीयत करन दे बदले 500 रुपया तहसीलदार दे रीडर ने लिया ते 100 रुपया पैसे कढ दे जल्दी विच इत्थे रख पैसे कढ के रख तू ही गंद पाया जेड़ा आ तहसीलदार दे रीडर ने जी 500 रुपया लिया आ चज ना बोल भाजी वधिया तरीके ना बोली शाहकोट दे तहसीलदार दफ्तर दे विच तहसीलदार दे जेड़ा रजिस्ट्री क्लर्क आ उहने 500 रुपया साडे कोलों वसीयत का लिया 100 रुपया बाहर ने लिया हूं कहते सड़को पैसे वापस ले लो एक गरीब बंदे ने जिन्हें वसीयत की धिया पुत नहीं को वड्डी लैंड है शाहकोट की तहसील कंपलैक्स विच उस समय भारी हंगामा हो गया जो पिंड कोटली गाजरां दे वसनीक कोलों उसका काम करन बदले तहसील दे मुलाजम वालों 500 रुपए की रिश्वत ली। इस मौके किसान मजदूर संघर्ष कमेटी दे प्रधान गुरमेल सिंह रेड़मा ने मौके ते पहुंच के मुलाजम वालों ले गए रिश्वत दे पैसे वापिस करवाए। 500 रुपया ले आइए रीडर ने शाहकोट दा शाहकोट दी तहसील दे विच इक वसीयत करन दे बदले 500 रुपया तहसीलदार दे रीडर ने लिया ते 100 रुपया पैसे कढ दे जल्दी विच इत्थे रख पैसे कढ के रख तू ही गंद पाया जेड़ा आ तहसीलदार दे रीडर ने जी 500 रुपया लिया आ चज ना बोल भाजी वधिया तरीके ना बोली शाहकोट दे तहसीलदार दफ्तर दे विच तहसीलदार दे जेड़ा रजिस्ट्री क्लर्क आ उहने 500 रुपया साडे कोलों वसीयत का लिया 100 रुपया बाहर ने लिया हूं कहते सड़को पैसे वापस ले लो एक गरीब बंदे ने जिन्हें वसीयत की धिया पुत नहीं को वड्डी लैंड है इन्हां नूं शर्म चाहीदी आ किसान अगे रोडां दे उत्ते मर गए ये शोषण कर रहे आ ਅਸੀਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰ ਆ ਜੀ ਆਗੂ ਆ ਇਹ ਇੱਥੇ ਲੁੱਟ ਹੋਣ ਦੇ ਦਫ਼ਤਰਾਂ ਦੇ ਵਿੱਚ ਸ਼ਾਹਕੋਟ ਦੇ ਵਿੱਚ ਇਸ ਮੌਕੇ ਬੋਲਦੇ ਆ ਗੁਰਮੇਲ ਸਿੰਘ ਰੇੜਮਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ਼ਾਹਕੋਟ ਜੂਨ ਦਾ ਪ੍ਰਧਾਨ ਗੁਰਮੇਲ ਸਿੰਘ ਰੇੜਮਾ ਅੱਜ ਤਹਿਸੀਲ ਦਾ ਤਹਿਸੀਲੇ ਆਏ ਸੀ ਤੇ ਇਹਦੇ ਵਿੱਚ ਕੋਟਲੀ ਗਾਜਰਾਂ ਤੋਂ ਨਰਮਤ ਸਿੰਘ ਦਾ ਕੋਈ ਕੰਮਕਾਰ ਕਰਾਉਣ ਵਾਸਤੇ ਆਇਆ ਸੀਗਾ ਉਹਦੇ ਵਿੱਚ ਜਿਹੜੇ ਮੁਲਾਜ਼ਮ ਸੀ ਅੰਦਰ ਰੀਡਰ ਉਹਨਾਂ ਤੋਂ ਰਿਸ਼ਵਤ ਲਈ ਆ ਰੰਗੇ ਹੱਥੀ ਫੜੇ ਉਹਨਾਂ ਰਿਸ਼ਵਤ ਵਾਸ ਕਰਕੇ ਭੱਜਦੇ ਨੇ ਕੋਸ਼ਿਸ਼ ਕੀਤੀ ਪਰ ਅਸੀਂ ਤਹਿਸੀਲਦਾਰ ਦੇ ਧਿਆਨ ਦੇ ਵਿੱਚ ਲਿਆਤੀ ਆ ਅਤੇ ਉਹਨਾਂ ਨੂੰ ਅੱਜ ਸਸਪੈਂਡ ਕੀਤਾ ਗਿਆ ਵੀ ਅੱਜ ਤੋਂ ਤਹਿਸੀਲ ਦੇ ਵਿੱਚ ਨਹੀਂ ਆਉਣਗੇ ਅਸੀਂ ਇਹ ਜਿਹੜੀ ਅੱਜ ਅਪੀਲ ਕਰਦੇ ਹਾਂ ਵੀ ਕਿਸਾਨੀ ਕਿੱਥੇ ਜਾ ਰਹੀ ਆ ਜਿਹੜੀ ਲੁੱਟ ਘਸੁੱਟ ਹੋਈ ਆ ਹੁਣ ਜੀ ਇਹਨੂੰ ਬੰਦ ਕਰੋ ਇੱਦਾਂ ਦਾ ਕੇਸ ਹੋਇਆ ਕੋਈ ਜ਼ਿਮੀਂਦਾਰ ਅੱਗੇ ਅੱਕਿਆ ਪਿਆ ਕੋਈ ਐਕਸ਼ਨ ਗਲਤ ਲਿਆ ਜਾ ਸਕਦਾ ਇਸ ਕਰਕੇ ਜਿਹੜੀ ਗਾਂਹ ਤੋਂ ਜਿਹੜੀ ਹਰਕਤ ਹੈ ਇੱਦਾਂ ਦੀ ਤਹਿਸੀਲ ਦੇ ਵਿੱਚ ਨਹੀਂ ਹੋਣੀ ਚਾਹੀਦੀ ਅਤੇ ਗਾਂਹ ਕਿਸੇ ਵੀ ਬੰਦੇ ਨੂੰ ਮਾਫ਼ ਨਹੀਂ ਕੀਤਾ ਜਾਊਗਾ ਜੀ ਉਧਰ ਜਦੋਂ ਦੂਸਰੇ ਪਾਸੇ ਤਹਿਸੀਲਦਾਰ ਪ੍ਰਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਕਤ ਮੁਲਾਜ਼ਮ ਸਾਡੇ ਕੋਲ ਠੇਕੇ ਤੇ ਕੰਮ ਕਰਦਾ ਸੀ ਅੱਜ ਉਸ ਦੀ ਇਸ ਹਰਕਤ ਨੂੰ ਦੇਖਦਿਆਂ ਉਸ ਮੁਲਾਜ਼ਮ ਨੂੰ ਅੱਜ ਤੋਂ ਹੀ ਸਸਪੈਂਡ ਕਰ ਦਿੱਤਾ ਗਿਆ ਹੈ ਸਰ ਜਿਹੜੇ ਤੁਹਾਡੇ ਮੁਲਾਜ਼ਮਾਂ ਤੇ ਦੋਸ਼ ਲਗਾ ਰਹੇ ਆ ਕਿ ਇਹਨਾਂ ਨੇ ਪੈਸੇ ਲਏ ਆ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਦੱਸਿਆ ਪ੍ਰਧਾਨ ਜੀ ਹੋਣਾ ਨੇ ਹੁਣ ਤੇ ਮੈਂ ਦਫ਼ਤਰ ਤੋਂ ਬਾਹਰ ਸੀਗਾ ਇਹ ਪ੍ਰੋਬਲਮ ਆਈ ਆ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਦੋਸ਼ ਲਾਏ ਆ ਉਹਦੇ ਨਾਲ ਮੈਂ ਸਹਿਮਤ ਹੁੰਦੀ ਉਹਨਾਂ ਨੂੰ ਜਿਹੜੇ ਸਾਡੇ ਮੁਲਾਜ਼ਮ ਆ ਉਹ ਸਾਡਾ ਹੈਗਾ ਸੀ ਠੇਕੇ ਦੇ ਮੁੰਡਾ ਉਹਨੂੰ ਅੱਜ ਤੋਂ ਹੀ ਉਹ ਦਫ਼ਤਰ ਨਹੀਂ ਆਊਗਾ ਉਹਦਾ ਹੀ ਜਿਹੜਾ ਖਤਮ ਕਰ ਰਹੇ ਹਾਂ ਡਿਊਟੀ ਦਫ਼ਤਰ ਚੋਂ ਖਤਮ ਕਰ ਰਹੇ ਹਾਂ ਪੰਜਾਬ ਦਰਪਣ ਨਿਊਜ਼ ਲਈ ਗੌਤਮਪੁਰੀ ਅਤੇ ਮੌਂਟੀ ਅਰੋੜਾ ਦੀ ਵਿਸ਼ੇਸ਼ ਰਿਪੋਰਟ